ਦੇਖੋ ਮੈਂ ਜਿਹੜੀਆਂ ਗੱਲਾਂ ਕੀਤੀਆਂ ਸੀ ਕੱਲ ਮੈਂ ਸ਼੍ਰੀ ਪਟਨਾ ਸਾਹਿਬ ਸਾਡੇ ਪਵਿੱਤਰ ਸਥਾਨ ਉੱਥੇ ਦੇ ਬਹੁਤ ਸਿੱਖ ਸੰਗਤ ਨਾਲ ਗੱਲ ਕੀਤੀ ਉਦੋਂ ਬਾਅਦ ਮੈਂ ਭਾਗਲਪੁਰ ਬਹੁਤ ਸਾਡੀ ਸਿੱਖ ਸੰਗਤਾਂ ਨਾਲ ਗੱਲ ਕਰ ਰਿਹਾ ਸੀ ਅਤੇ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਪਟਨਾ ਸਾਹਿਬ ਤੋਂ ਜਾ ਰਹੇ ਸੀ ਅਸਾਮ ਦੇ ਵੱਲ ਨੂੰ ਗੰਗਾ ਜੀ ਦੇ ਕਿਨਾਰੇ 'ਤੇ ਉੱਥੇ ਉਹ ਤਕਰੀਬਨ 40 ਦਿਨ ਉਹ ਰੁਕੇ ਅਤੇ ਜਦੋਂ ਮੈਂ ਉੱਥੇ ਮੱਥਾ ਟੇਕਣ ਗਿਆ ਅਤੇ ਉੱਥੇ ਉਹ ਸਾਰੇ ਵੀ ਜਿਹੜੇ ਉੱਥੇ ਦੇ ਸਿੱਖ ਸੀ ਅਤੇ ਮੀਡੀਆ ਵੀ ਉਹ ਮੈਨੂੰ ਇਸ ਗੱਲ 'ਚ ਪੁੱਛਣ ਲੱਗ ਗਏ ਵੀ ਜੀ ਅਸੀਂ ਤਾਂ ਇੱਥੇ ਭਾਗਲਪੁਰ 'ਚ ਰਹਿ ਰਹੇ ਹਾਂ ਅਤੇ ਇੱਥੋਂ 65 ਕਿਲੋਮੀਟਰ ਅੱਗੇ ਤਕਰੀਬਨ 14 ਤੋਂ 15 ਗੁਰਦੁਆਰੇ ਇਤਿਹਾਸਿਕ ਨੇ ਬਿਹਾਰ ਦੇ ਵਿੱਚ ਹੀ ਅਤੇ ਪਟਨਾ ਸਾਹਿਬ ਤੋਂ ਤੁਸੀਂ ਆ ਰਹੇ ਹੋ ਸਾਨੂੰ ਜਿਹੜਾ ਇਹ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਜਾ ਕੇ ਬਾਹਰਲੀ ਧਰਤੀ 'ਚ ਵੀ ਆਹ ਅਸੀਂ ਤੁਹਾਡੇ ਵਿੱਚ ਖੜ੍ਹੇ ਹਾਂ ਤੁਹਾਨੂੰ ਅਸੀਂ ਰੇਲਵੇ ਸਟੇਸ਼ਨ 'ਤੇ ਸਭ ਨੇ ਜਕਾਰੇ ਛੱਡੇ ਉਹਦੇ ਵਿੱਚ ਸਭ ਜਾਤ ਬਰਾਦਰੀਆਂ ਦੇ ਸੀ ਬੋਲੇ ਸੋ ਨਿਹਾਲ ਦੇ ਜਦੋਂ ਜਕਾਰੇ ਛੱਡੇ ਸਾਰਿਆਂ ਨੇ ਲਾਏ ਵਿੱਚ ਉੱਥੇ ਚਾਹੇ ਕੋਈ ਹਿੰਦੂ ਸੀ ਚਾਹੇ ਕੋਈ ਮੁਸਲਮਾਨ ਸੀ ਚਾਹੇ ਕੋਈ ਈਸਾਈ ਸੀ ਅਤੇ ਸਾਨੂੰ ਤਾਂ ਇੱਥੇ ਰਹਿੰਦਿਆਂ ਨੂੰ ਕਿਸੇ ਨੇ ਅੱਜ ਤੱਕ ਸਾਡੇ ਰੋਜ਼ ਲੰਗਰ ਚੱਲਦੇ ਆ ਸਮਾਂ 'ਤੇ ਸਾਡੇ ਲੰਗਰਾਂ ਸੇਵਾ ਕਰਨ ਆਉਂਦੇ ਆ ਲੰਗਰ ਛਕਣ ਆਉਂਦੇ ਆ ਕਿਸੇ ਨੇ ਸਾਨੂੰ ਰੋਕਿਆ ਸੋ ਇੱਕ ਵੀ ਕੋਈ ਸਿੱਖ ਵੀ ਜਿਹਨੂੰ ਦੇਸ਼ ਦੇ ਵਿੱਚ ਪਗੜੀ ਬੰਨੋਂ ਰੋਕਿਆ ਹੋਵੇ ਦਾੜੀ ਰੱਖਣੋਂ ਰੋਕਿਆ ਹੋਵੇ ਗੁਰਦੁਆਰੇ ਜਾਣੋਂ ਰੋਕਿਆ ਹੋਵੇ ਅਤੇ ਉਦੋਂ ਬਾਅਦ ਚਲੋ ਇਹ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕਹੀ ਵੀ ਯਾਰ ਇਹ ਮਾਹੌਲ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਸਿੱਖ ਤਾਂ ਬੜੇ ਪੂਰੇ ਅਮਨ ਸ਼ਾਂਤੀ ਨਾਲ ਰਾਜ ਕਰ ਰਹੇ ਆ ਚਲੋ ਸਾਡੀ ਸ਼ਾਨ ਆ ਦੇਸ਼ ਸਾਡਾ ਹੈ ਯਾਰ ਕਿਸੇ ਦਾ ਦੇਸ਼ ਆ ਸਿੱਖਾਂ ਦਾ ਦੇਸ਼ ਆ ਜਿਵੇਂ ਬਾਕੀ ਸਾਰਿਆਂ ਦਾ ਦੇਸ਼ ਆ ਅਤੇ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਕਿਉਂਕਿ ਬਾਹਰਲੇ ਸਟੇਟਾਂ ਦੇ ਵਿੱਚ ਐਸਾ ਮਾਹੌਲ ਨਾ ਬਣੇ ਸਿੱਖਾਂ ਲਈ ਉਦੋਂ ਬਾਅਦ ਮੈਂ ਜਦੋਂ ਮੈਂ ਪਹੁੰਚਿਆ ਰਾਤ ਅਤੇ ਮੈਂ ਉਦੋਂ ਬਾਅਦ ਆ ਜਿਹੜੇ ਏਜੰਟ ਨੇ ਰਾਹੁਲ ਗਾਂਧੀ ਦੇ ਖਾਸ ਤੌਰ 'ਤੇ ਪੰਜਾਬ ਦੇ ਜਿਹਦੇ ਵਿੱਚ ਇਹ ਰਾਜਾ ਵੜਿੰਗ ਜਿਹੜੇ ਉੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਮੈਂ ਅਜੇ ਭੀੜੀ ਪਜਾਮੀ ਵਾਲਿਆਂ ਨੂੰ ਮੈਂ ਸਤਿਕਾਰ ਕਰਦਾ ਵੱਡੇ ਆ ਮੈਂ ਜੇ ਨਹੀਂ ਵੀ ਹਜੇ ਵੀ ਜੇ ਉਹ ਅੱਗੇ ਉਹਨਾਂ ਦੀ ਜੇ ਨਹੀਂ ਉਹ ਹਟਣਗੇ ਭਾਈ ਫਿਰ ਜੇ ਇੱਜ਼ਤ ਕਰਾਉਣੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਦਾ ਵੀ ਹਿਸਾਬ ਕਰ ਲਾਂਗੇ ਕੋਈ ਗੱਲ ਨਹੀਂ ਉਹ ਤਾਂ ਸਭ ਦਾ ਹੀ ਹੁੰਦਾ ਹੈ ਪਰ ਮੈਂ ਅੱਜ ਵੜਿੰਗ ਸਾਹਿਬ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹੁੰਦਾ ਤੁਸੀਂ ਵਾਰ ਵਾਰ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਕਦ ਤੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਕਦ ਤੋਂ ਜਾਣਦਾ ਮੇਰੇ ਕੋਲ ਸਾਰਾ ਹੀ ਤੁਹਾਡੇ ਪੋਤੜੇ ਮੇਰੇ ਮੂਹਰੇ ਹੀ ਤੁਸੀਂ ਮੈਂ ਤੁਹਾਨੂੰ ਦੇਖਦਾ ਰਿਹਾ ਇਹੋ ਜਿਹੇ ਕੋਈ ਭੁਲੇਖੇ 'ਚ ਨਾ ਰਹੋ ਅੱਜ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਮੈਨੂੰ ਪਤਾ ਹੈ ਸਾਰਾ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੁਸੀਂ ਵਾਰ ਵਾਰ ਗੱਲ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਵੀ ਮੈਂ ਲੁਧਿਆਣੇ ਆ ਕੇ ਇਲੈਕਸ਼ਨ ਆ ਜਿਹੜੀ ਜਿੱਤਿਆ ਏ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਕਾਂਗਰਸੀਆਂ ਨੂੰ ਮੈਂ ਅਤੇ ਆਪਣੇ ਬੀਜੇਪੀ ਵਾਲਿਆਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਰੇ ਵੜਿੰਗ ਸਾਹਿਬ ਬਾਰੇ ਇੱਕ ਇਹਨਾਂ ਨੇ ਜ਼ਿਕਰ ਸਾਡੇ ਪਰਿਵਾਰ ਦਾ ਵੀ ਕੀਤਾ ਗੁਰਕੀਰਤ ਸਿੰਘ ਦਾ ਕੀਤਾ ਮੇਰਾ ਕੀਤਾ ਹੁਣ ਮੈਂ ਤੁਹਾਨੂੰ 2008 ਦੀ ਗੱਲ ਸੁਣਾਉਣਾ ਰਾਹੁਲ ਗਾਂਧੀ ਜੀ ਜਦੋਂ ਆਏ ਸਿਆਸਤ 'ਚ ਇੱਕ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਡੈਮੋਕਰੇਸੀ ਲੋਕਤੰਤਰ ਪਾਰਟੀ 'ਚ ਬਹਾਲ ਕਰਨਾ ਉਹੀ ਬੰਦਾ ਕੁਛ ਬਣੂੰਗਾ ਜਿਹੜਾ ਬੰਦਾ ਇਲੈਕਸ਼ਨ ਜਿੱਤੂ ਪਾਰਟੀ ਦੀ ਅਤੇ ਜੀ ਉਹਦੀ ਸ਼ੁਰੂਆਤ ਆ ਜਿਹੜੀ ਉਹ ਪੰਜਾਬ ਤੋਂ 2008 'ਚ ਮੈਂਬਰਸ਼ਿਪ ਤੋਂ ਕਰਤੀ ਉਹ ਮੈਂਬਰਸ਼ਿਪ ਕੀਤੀ ਸ਼ੁਰੂ ਵੀ 35 ਸਾਲ ਤੋਂ ਥੱਲੇ ਇਲੈਕਸ਼ਨਾਂ ਹੋਣਗੀਆਂ ਕੋਈ ਵੀ ਉਹ 'ਚ ਪਾਰਟੀਸਪੇਟ ਕਰ ਸਕਦਾ
ਇਹ ਚ ਮੈਂ ਤਾਂ ਬਿਲਕੁਲ ਸਾਡਾ ਵੱਡੇ ਭਰਾ ਗੁਰਕੀਰਤ ਸਿੰਘ ਹਰੇਕ ਨੇ ਸਿਆਸਤ ਚ ਆਉਣਾ ਨੀ ਹੁੰਦਾ, ਉਹ ਪੋਲੀਟਿਕਸ ਕਰਦੇ ਸੀ, ਅਸੀਂ ਉਹਨਾਂ ਦੇ ਨਾਲ ਸੱਜੀ ਖੱਬੀ ਬਾਂਹ ਬਣ ਕੇ ਰਹਿੰਦੇ ਸੀ, ਨਾਲ ਕੰਮ ਕਰਦੇ ਸੀ। ਇਹ ਜਿਹੜੇ ਰਾਜਾ ਬੜਿੰਗ ਸਾਹਿਬ ਨੇ, ਇਹ ਉਦੋਂ ਪਹਿਲਾਂ ਗੁਰਕੀਰਤ ਯੂਥ ਕਾਂਗਰਸ ਸੀਗੇ, ਮੈਂ ਇੱਕ ਸਿਪਾਹੀ ਦੇ ਤੌਰ ਤੇ ਕੰਮ ਕਰਦਾ ਸੀ, ਕੋਈ ਅਹੁਦੇ ਪਿੱਛੇ ਨਹੀਂ। ਤੇ ਉਹ ਇਲੈਕਸ਼ਨ ਰਾਹੁਲ ਗਾਂਧੀ ਨੇ ਜਦੋਂ ਰੱਖ ਲਈ 2008 ਚ, ਇਹ ਪਹਿਲਾਂ ਯੂਥ ਕਾਂਗਰਸ IYC ਦੇ ਵਿੱਚ, ਇੰਡੀਅਨ ਯੂਥ ਕਾਂਗਰਸ ਦੇ ਵਿੱਚ ਉਹਦੇ ਸਪੋਕਸਪਰਸਨ ਸੀ ਰਾਜਾ ਬੜਿੰਗ ਸਾਹਿਬ। ਤੇ ਖਜਾਨਚੀ ਸਾਡੇ ਮਿੱਤਰ ਸੁਖਪਾਲ ਭੁੱਲਰ ਨੇ ਜਿਹੜੇ, ਉਹ ਖਜਾਨਚੀ ਸੀ। ਤੇ ਅਸ਼ੋਕ ਤਵਰ ਆ ਜਿਹੜੇ, ਉਹ ਪ੍ਰਧਾਨ ਸੀ, ਉਹ ਵੀ ਅੱਜ BJP ਚ ਨੇ, ਜਿਹੜੇ ਉਸ ਵੇਲੇ IYC ਪ੍ਰਧਾਨ ਸੀ। ਤੇ ਉਸ ਵੇਲੇ ਜਦੋਂ ਇਲੈਕਸ਼ਨ ਰੱਖ ਲਈ, ਮੈਂਬਰਸ਼ਿਪ ਸ਼ੁਰੂ ਹੋ ਗਈ, ਇਹਨਾਂ ਨੂੰ ਪਤਾ ਲੱਗ ਗਿਆ ਵੀ IYC ਚ ਬੈਠੇ ਜਿਹੜੇ ਇਹ ਸਾਰਾ ਜਿਹੜੇ ਸ਼ਣਯੰਤਰ ਰਚ ਰਹੇ ਸੀ ਉੱਥੇ, ਵੀ ਵੋਟਾਂ ਪਵਾ ਵੀ ਲਈਏ, ਵੋਟਾਂ ਚ ਜਿੱਤ ਆ ਵੀ ਜਾਈਏ, ਵਿੱਚ ਹੀ ਇਹ ਰਾਹੁਲ ਗਾਂਧੀ, ਵਿੱਚ ਹੀ ਇਹਨਾਂ ਦਾ ਉਸ ਵੇਲੇ ਦੇ ਪ੍ਰਧਾਨ, ਇਹ ਤਿਆਰੀ ਕਰਕੇ ਆ ਗਏ ਜੀ। ਇਹਨਾਂ ਨੇ ਦੇਖਿਆ ਵੀ ਲੋਕਪ੍ਰਿਯਤਾ ਕਿਹਦੀ ਹੈ, ਤਾਂ ਗੁਰਕੀਰਤ ਦੀ ਹੈ, ਉਹਦੇ ਹਾਰ ਜਾ ਗਿਆ ਸੀ, ਤਾਂ ਇਲੈਕਸ਼ਨ ਪੰਜਾਬ ਚ ਕਰਾਈ, ਪਹਿਲਾਂ ਸੂਬਾ ਬਣਾਇਆ ਇੱਥੇ ਰਲ ਕੇ, ਦਿੱਲੀ ਬਹਿ ਕੇ IYC ਚ, ਤੇ ਜੇ ਸਾਡਾ ਅਸੀਂ ਉਹ ਨਾ ਜਿੱਤੇ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੀ ਮਤਲਬ। ਰਾਹੁਲ ਗਾਂਧੀ ਦੇ ਮੂਹਰੇ ਜਿਹੜੇ ਅਸੀਂ ਰੋਜ਼ ਹੀਰੋ ਬਣਦੇ ਹਾਂ, ਵੀ ਤੁਸੀਂ ਤਾਂ IYC ਚ ਪ੍ਰਧਾਨ ਇੱਥੇ ਦੇ ਸਭ ਤੋਂ ਨੇੜੇ ਹੋ, ਤੇ ਜਾ ਕੇ ਪੰਜਾਬ ਚ ਇਲੈਕਸ਼ਨ ਹਾਰ ਗਏ, ਇੱਥੇ ਤੁਸੀਂ ਤਾਂ ਦੇਸ਼ ਦੇ ਜਿਹੜੇ ਸਪੋਕਸਪਰਸਨ ਬਣੇ ਹੋਏ ਹੋ ਜਾਂ ਜਨਰਲ ਸੈਕਟਰੀ ਬਣੇ ਹੋਏ ਹੋ। ਇਹਨਾਂ ਨੇ ਦੇਖਿਆ ਵੀ ਗੁਰਕੀਰਤ ਸਾਹਿਬ ਦੀ, ਵੱਡੇ ਭਰਾ ਮੇਰੇ ਦੀ ਵੀ ਉਮਰ ਜਿਹੜੀ ਉਹ 35 ਸਾਲ ਟੱਪਦੀ ਕਦੋਂ ਆ, ਇਹਨਾਂ ਨਾਲ ਉਹਨਾਂ ਦੇ 2 ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ, ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾਤੀ, ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋ ਗਏ, ਤੇ ਇਲੈਕਸ਼ਨ 2 ਮਹੀਨੇ ਲੇਟ ਕਰਤੀ, ਉਹ ਇਲੈਕਸ਼ਨ ਲੜ ਨਹੀਂ ਸਕੇ। ਇਹ ਬੜੇ ਆਪਾਂ ਗੱਲਾਂ ਕਰ ਰਹੇ ਹਾਂ, ਇਹ ਚ 2 ਗੱਲਾਂ ਮੈਂ ਜ਼ਰੂਰ ਹੋਰ ਦੱਸਣਾ ਚਾਹੁੰਦਾ। ਆਪਾਂ ਟੈਰਰਿਸਟ, ਜੇ ਕੋਈ ਬੰਦਾ 1 ਬੰਦਾ ਮਾਰਦਾ, ਟੈਰਰਿਸਟ 2 ਬੰਦੇ ਮਾਰਦੇ ਆ, 5 ਬੰਦੇ ਮਾਰਦੇ ਆ, ਇਹ ਜਿਹੜਾ ਗਾਂਧੀ ਫੈਮਿਲੀ ਬਹੁਤ ਇਹਦੇ ਕਹਿ ਰਹੇ ਆ ਵੀ ਟੈਰਰਿਸਟ ਕਹਿਣ ਦਾ ਕੀ ਮਤਲਬ ਆ, ਮੇਰਾ ਮਤਲਬ ਕਹਿਣ ਦਾ ਟੈਰਰਿਸਟ ਇਹ ਨਹੀਂ ਗਾ, ਮੇਰਾ ਮਤਲਬ ਇਹ ਆ ਵੀ ਇਹ ਜਾਲ ਬੁਣਦੇ ਆ, ਇਹ ਐਸੀਆਂ ਭਾਵਨਾ ਲੋਕਾਂ ਦੀਆਂ ਨੂੰ ਭੜਕਾਉਂਦੇ ਆ, ਇਹ ਐਸੇ ਸਰਕਾਰ ਚ ਐਸੇ ਹੁਕਮ ਦਿੰਦੇ ਆ ਜਿਹਦੇ ਨਾਲ 1-2 ਨਹੀਂ ਹਜ਼ਾਰਾਂ ਦੀ ਗਿਣਤੀ ਚ ਮੈਸਕਰ ਕਰਾਉਂਦੇ ਆ, ਜਿਹਦੇ ਨਾਲ ਇੱਕ ਆਪ ਇਹਨਾਂ ਨੇ ਕਿਹਾ ਵੀ ਬੜਾ ਦਰਖਤ ਜੇ ਡਿੱਗਦਾ ਏ ਤਾਂ ਥੱਲੇ ਭਾਈ ਕੰਬਣ ਤਾਂ ਧਰਤੀ ਲੱਗ ਹੀ ਜਾਂਦੀ ਹੈ, ਇਹ ਉਹ ਧਰਤੀ ਨੂੰ ਕੰਬਣ ਲਾਉਂਦੇ ਆ, ਇਹ ਉਸ ਤਰੀਕੇ ਦੀ ਜਿਹੜਾ ਧਰਤੀ ਕੰਬਣ ਲਾਉਣ ਵਾਲੀ, ਸੇਮ ਗੱਲ ਬਿਆਨ ਸਿੱਖਾਂ ਦਾ ਅਮਰੀਕਾ ਚ ਦੇ ਕੇ ਆਇਆ ਵੀ ਕਿਸ ਇਹਦੇ ਨਾਲ ਆਪਣੇ ਆਪ ਪਾੜ ਪਵੇ ਤੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਣ। ਇਹ ਕੰਮ ਰਾਹੁਲ ਗਾਂਧੀ ਨੇ ਕੀਤਾ, ਹੁਣ ਮੇਰੀ ਗੱਲ ਨਾਲ ਤੁਸੀਂ ਸਮਝ ਗਏ ਹੋਵੋਗੇ ਇਹਦਾ ਜਵਾਬ। ਚਲੋ ਮੈਂ ਇੱਕ ਹੋਰ ਦਾਵਾ ਕਰਦਾ, ਕੋਈ ਵੀ ਕਾਂਗਰਸ ਪਾਰਟੀ ਦਾ ਸਿੱਖ ਲੀਡਰ ਪੰਜਾਬ ਦਾ ਜਾਂ ਹੋਰ ਕਿਤੇ ਜਿਹੜੇ ਬਾਹਰ ਵੀ, ਇੱਕ ਵੀ ਕੋਈ ਕਾਂਗਰਸ ਪਾਰਟੀ ਦਾ ਲੀਡਰ ਮੈਂ ਕਹਿ ਰਿਹਾ ਜਾਂ ਵਰਕਰ ਕੋਈ ਆ ਕੇ ਬਾਹਰ ਖੜਾ ਹੋ ਕੇ ਕਹਿ ਦੇਵੇ ਵੀ ਮੈਨੂੰ ਕਿਤੋਂ ਪੱਗ ਨੂੰ, ਮੈਨੂੰ ਕਿਤੇ ਕਿਰਪਾਨ ਨੂੰ, ਮੈਨੂੰ ਕਿਤੇ ਦਾੜੀ ਨੂੰ, ਮੈਨੂੰ ਕਿਤੇ ਰੋਕਿਆ ਗਿਆ ਏ, ਇੱਕ ਵੀ ਕੋਈ ਕਹਿ ਦੇਵੇ ਆ ਕੇ ਆ ਗੱਲ, ਯਾਰ ਤੁਸੀਂ ਕਿਉਂ ਐਸਾ ਝੂਠਾ ਪ੍ਰਚਾਰ ਕਰਦੇ ਹੋ, ਦੇਸ਼ ਕਿਤੇ ਦੀ ਕਿਤੇ ਜਾ ਰਿਹਾ, ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ। ਦੂਜੀ ਗੱਲ, ਇਹਨਾਂ ਨੂੰ ਬਿਮਾਰੀ ਦਾ ਬੜਾ ਸ਼ੌਕ ਆ, ਜਿਹੜੇ ਆ ਆਪਣੇ ਬੜਿੰਗ ਸਾਹਿਬ ਨੇ ਤੇ ਬਾਜਵਾ ਸਾਹਿਬ, ਹੁਣ ਮੈਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਬਿਮਾਰੀ ਆ, ਬਾਬਾ ਸੀਰਾ ਜਾਂ ਕਿਹੜੀ ਆ ਕਿਹੜੀ ਨਹੀਂ ਗੀ, ਪਰ ਅਸਲੀ ਬਿਮਾਰੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੀ ਆ, ਇਹਨਾਂ ਦਾ ਦਿਮਾਗ ਕਿਉਂ ਸਲਤਨਤ ਹਿੱਲਿਆ, ਵੀ ਜਿੱਦਣ ਮੈਂ ਜਾ ਕੇ BJP ਚ, ਉਹ ਵੀ ਮੋਦੀ ਜੀ ਦੀ
ਕੈਬਨਿਟ ਦੇ ਵਿੱਚ, ਉਹ 'ਚ ਜਾ ਕੇ ਮੈਂ ਮੰਤਰੀ ਬਣ ਗਿਆ। ਅਸਲੀ ਬਿਮਾਰੀ ਇਲਾਜ ਇਹ ਉਦਣ ਦੇ ਹਿੱਲੇ ਹੋਏ ਆ, ਪਰ ਪੰਜਾਬ ਦੇ ਵਿੱਚ ਮੈਨੂੰ ਪਤਾ ਸਿਹਤ ਸਹੂਲਤਾਂ ਦਾ ਹਾਲਾਤ ਕੋਈ ਬਾਹਲੇ ਚੰਗੇ ਨਹੀਂ ਗੇ। ਮੈਂ ਇਹਨਾਂ ਦਾ ਦੋਨਾਂ ਦਾ ਮੈਂ ਬੈੱਡ ਵੀ ਬੁੱਕ ਕਰਾ ਕੇ ਰੱਖਦਾ, ਜਿੱਥੇ ਸਿਹਤ ਵਧੀਆ ਤੋਂ ਵਧੀਆ ਜਿਹੜਾ ਇਲਾਜ ਆ ਉਹ ਪੰਜਾਬ ਨਹੀਂ ਦਿੱਲੀ ਹੁੰਦਾ। ਮੈਂ ਹੋਰ ਮੋਦੀ ਜੀ ਨੂੰ ਕਹਿ ਕੇ ਚੰਗਾ ਫੈਸਿਲਿਟੀ ਤੁਹਾਡੀ ਦੋਨਾਂ ਲਈ ਮੈਂ ਇੱਥੇ ਰੱਖਦਾ, ਚੰਗਾ ਇਲਾਜ ਤੁਹਾਡਾ ਕਰਾਂਗੇ, ਚੰਗੀ ਤੁਹਾਡੀ ਸੇਵਾ ਕਰਾਂਗੇ, ਕੋਈ ਕਮੀ ਨਹੀਂ ਤੁਹਾਡੇ ਛੱਡਦੇ। ਇਸ ਕਰਕੇ ਇਹ ਇਲਾਜ ਵਾਲੀ ਜਿਹੜੀ ਤੁਸੀਂ ਰੋਜ਼ ਗੱਲ ਕਰਦੇ ਰਹਿੰਦੇ ਹੋ, ਜਿਹੜਾ ਤੁਹਾਨੂੰ ਮਿਨਿਸਟਰੀ ਇਹਦਾ ਬਿਮਾਰੀ ਆ, ਮਿਨਿਸਟਰੀ ਬਿਮਾਰੀ ਇਹਨੂੰ ਕਹਿ ਸਕਦੇ ਹਾਂ, ਮੰਤਰੀ ਬਿਮਾਰੀ ਇਹ ਕਹਿ ਸਕਦੇ, ਜਿਹੜੀ ਤੁਹਾਨੂੰ ਲੱਗੀ ਆ, ਇਹ ਬਿਮਾਰੀ ਦਾ ਇਲਾਜ ਸਿਰਫ ਮੇਰੇ ਕੋਲ ਹੀ ਆ। ਦਿੱਲੀ ਆ ਜਾਓ, ਤੁਹਾਡਾ ਚੰਗੀ ਤਰ੍ਹਾਂ ਇਲਾਜ ਐਨ ਕਰਕੇ ਚੰਗੀ ਤਰ੍ਹਾਂ ਤੁਹਾਨੂੰ ਚੰਗੀ ਤਰ੍ਹਾਂ ਕਾਇਮ ਕਰਕੇ ਪੰਜਾਬ 'ਚ ਭੇਜਾਂਗੇ। ਜਿਹੜੀ ਤੁਸੀਂ ਕਹਿੰਦੇ ਹੋ ਰਾਹੁਲ ਗਾਂਧੀ ਨੇ MP ਦੀ ਟਿਕਟ, ਮੈਂ ਉਹਨਾਂ 'ਚੋਂ ਹਾਂ। ਮੈਨੂੰ ਕਿਸੇ ਦੀ ਸਿਫਾਰਿਸ਼ ਨਾਲ ਟਿਕਟ ਨਹੀਂ ਮਿਲੀ। ਜਿਹੜੀ ਮੈਂ ਪਹਿਲੀ 2009 'ਚ ਟਿਕਟ ਮਿਲੀ, ਉਹ ਯੂਥ ਕਾਂਗਰਸ ਦਾ ਪ੍ਰਧਾਨ ਇਲੈਕਟਿਡ ਹੋ ਕੇ ਜਿੱਤ ਕੇ, ਮੈਂ ਬਿਲਕੁਲ, ਮੈਨੂੰ ਰਾਹੁਲ ਗਾਂਧੀ ਜਾਂ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਟਿਕਟ ਮਿਲੀ। ਮੈਂ ਜਿੱਤਿਆ ਯੂਥ ਕਾਂਗਰਸ, ਤੁਹਾਨੂੰ ਸਭ ਨੂੰ ਹਰਾਇਆ, ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 'ਚ, ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲ ਗਈ। ਤੇ ਹੋਰ ਮੈਂ ਦੱਸ ਦਿੰਦਾ, ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ, ਜਿਹੜਾ ਤੁਸੀਂ ਰਾਹੁਲ ਗਾਂਧੀ ਕਰਦੇ ਹੋ, ਮੈਂ 2009 'ਚ ਵੀ ਜਿੱਤਿਆ, 2014 'ਚ ਰਾਹੁਲ ਗਾਂਧੀ ਹਾਰ ਗਿਆ, ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ ਰਾਏਬਰੇਲੀ, ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ, ਮੈਂ ਫਿਰ ਲੁਧਿਆਣੇ ਜਿੱਤ ਕੇ ਗਿਆ। ਕਿਹੜੀਆਂ ਕਾਕਾ ਜੀ ਗੱਲਾਂ ਕਰਦੇ ਹੋ ਤੁਸੀਂ, ਰਾਹੁਲ ਗਾਂਧੀ ਉਦੋਂ ਹਾਰਿਆ, ਮੈਂ ਜਿੱਤ ਕੇ ਗਿਆ, ਫਿਰ ਜਦੋਂ 43 ਆਏ, 53 ਆਏ। ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਤੇ ਆ ਜਾਂਦਾ, ਕਿਸੇ ਮੈਂ ਕਹਿਣਾ ਨਹੀਂ ਚਾਹੁੰਦਾ ਜੀ, ਪਰ ਮੈਂ ਸਭ ਨੂੰ ਦੱਸਣਾ ਚਾਹੁੰਦਾ, ਭੁਲੇਖਾ ਕੱਢਣਾ ਚਾਹੁੰਦਾ। ਤੁਸੀਂ ਲੁਧਿਆਣੇ ਆਏ, ਮੈਂ ਬੇਸ਼ੱਕ ਮੈਂ BJP ਚਲਾ ਗਿਆ, ਜਿੱਥੇ ਵੋਟਾਂ ਪਈਆਂ, ਜਿੱਥੇ ਇਲੈਕਸ਼ਨ ਹੋਈ ਆ 6 ਵਿਧਾਨ ਸਭਾ 'ਚ, ਸ਼ਹਿਰ 'ਚ ਠੋਕ ਵਜਾ ਕੇ ਤੁਹਾਨੂੰ ਰਗੜਿਆ ਉੱਥੇ। ਚਾਹੇ ਮੈਂ ਨਵਾਂ BJP 'ਚ ਗਿਆ ਸੀ, ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਤੁਹਾਨੂੰ ਕਸਾਇਆ, ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ, ਜਿੱਥੇ ਕਿਸਾਨ ਲੀਡਰ, ਮੈਂ ਫਿਰ ਕਹਿ ਦਿੰਦਾ, ਠੀਕ ਆ ਉਹ ਅਲੱਗ ਇੱਕ ਇਸ਼ੂ ਆ ਜਿਹਦੇ ਕਰਕੇ ਉਹ ਚੱਲ ਰਿਹਾ, ਜਿੱਥੇ 800 ਤੋਂ ਉੱਤੇ ਦਾਖਾ ਜਗਰਾਓਂ ਗਿੱਲ 800 ਤੋਂ ਉੱਤੇ ਬੂਥ ਸਾਡੇ ਲੱਗੇ ਨਹੀਂ, ਜਿਹੜੇ ਕਿ ਕਿਸਾਨ, ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ, ਕਿਸਾਨਾਂ ਦੀ ਨਹੀਂ, ਕਿਸਾਨ ਲੀਡਰਾਂ ਨੇ ਨਹੀਂ ਲਾਉਣ ਦਿੱਤੇ। ਨਹੀਂ, ਤੁਹਾਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ, ਤੁਸੀਂ 10,000 ਵੋਟ ਇੱਧਰ ਉੱਧਰ ਹੋ ਜਾਂਦੀ, 6 ਹਲਕਿਆਂ 'ਚ ਹਰਾਇਆ, ਜਿੱਤੇ ਤੁਸੀਂ ਉੱਥੇ, ਜਿੱਥੇ ਸਾਡਾ ਪੋਲਿੰਗ ਏਜੰਟ ਨਹੀਂ ਸੀ, ਜਿੱਥੇ ਸਾਡਾ ਪੋਲ ਲਾਉਣ ਵਾਲਾ ਪੋਲਿੰਗ ਏਜੰਟ ਅੰਦਰ ਨਹੀਂ ਬੈਠਾ ਸੀ, ਇਹ ਸੱਚ ਸਾਰੇ ਜਾਣਦੇ ਆ। ਤਾਂ ਉਹ ਹਲਕਿਆਂ 'ਚੋਂ ਜਿੱਥੇ ਅਸੀਂ 3 'ਚ ਸਾਨੂੰ ਵੋਟ ਨਹੀਂ, ਸਾਨੂੰ ਏਜੰਟ ਨਹੀਂ ਸਾਡਾ ਕਿਸਾਨ ਲੀਡਰਾਂ ਨੇ ਬਹਿਣ ਦਿੱਤਾ, ਤਾਂ ਜਨਾਬ ਜਿੱਤੇ ਹੋ। ਆਪਾਂ ਕਿਹੜੀ ਗਲਤ ਫਹਿਮੀ 'ਚੋਂ, ਅੰਦਰੋਂ ਆਪਣੇ ਮਨ 'ਚ ਝਾਤ ਮਾਰ ਕੇ ਦੇਖੋ ਵੀ ਤੁਸੀਂ ਕਿਵੇਂ ਜਿੱਤੇ ਹੋ। ਨਹੀਂ, ਤੁਸੀਂ ਇਹੀ ਲੱਖ ਤੇ ਹਾਰੇ ਹੁੰਦੇ ਜੇ ਕਿਸਾਨ ਲੀਡਰ ਨੇ ਜਿਹੜੇ ਉਹ ਜਾ ਕੇ ਸਾਡੇ ਏਜੰਟਾਂ ਨੂੰ ਤੇ ਬੂਥਾਂ ਨੂੰ, ਸਾਨੂੰ ਤਾਂ ਕੰਪੇਨ ਨਹੀਂ ਕਰਨ ਦਿੱਤਾ 3 ਹਲਕਿਆਂ 'ਚ, ਤੇ ਬਾਕੀ ਪੰਜਾਬ ਦੀਆਂ ਸੀਟਾਂ ਵੀ BJP ਜਿੱਤੀ ਹੁੰਦੀ ਜੇ ਕਿਤੇ ਇਹ ਨਾ ਰੋਕਦੇ। ਚਾਹੇ ਮਹਾਰਾਣੀ ਸਾਹਿਬ ਵਾਲੀ ਸੀਟ ਆ, ਚਾਹੇ ਫਿਰੋਜ਼ਪੁਰ ਸੀਟ ਆ, ਚਾਹੇ ਗੁਰਦਾਸਪੁਰ, ਚਾਹੇ ਅੰਮ੍ਰਿਤਸਰ, ਚਾਹੇ ਜਲੰਧਰ, ਸਾਰੀਆਂ ਸੀਟਾਂ ਜਿੱਤਦੇ ਜੇ ਉਹ, ਠੀਕ ਆ, ਉਹਨਾਂ ਨੇ ਤੁਹਾਨੂੰ ਉਹਨਾਂ ਦੀ ਮਦਦ ਲਾ ਲਓ, ਉਹਨਾਂ ਦੇ ਕਿਰਪਾ ਨਾਲ ਤੁਸੀਂ ਜਿੱਤ ਗਏ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ, ਤੁਹਾਨੂੰ 4 ਸਾਲ ਜਦੋਂ ਸਰਕਾਰ ਬਣ ਗਈ, ਤੁਹਾਨੂੰ ਇਕੱਲੇ ਤੁਸੀਂ ਸੀਗੇ, ਸਾਰੇ ਯੂਥ ਵਾਲੇ, ਆਸ਼ੂ ਜੀ ਹੋਣੀ, ਸਿੰਗਲਾ ਜੀ ਹੋਣੀ, ਸਭ ਮੰਤਰੀ ਬਣ ਗਏ, ਤੁਹਾਨੂੰ ਕਿਉਂ ਨਹੀਂ ਮੰਤਰੀ ਬਣਾਇਆ? ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਰਹੇ, ਉਹ ਕਹਿੰਦੇ ਮੈਂ ਰਾਹੁਲ ਗਾਂਧੀ ਦੇ ਏਜੰਟ ਨੂੰ
ਕਿਉਂਕਿ ਆਪਣਾ ਕੰਮ ਕੀ ਸੀ, ਕਿਉਂ ਪਸੰਦ ਨਾ ਆਪਾਂ ਰਾਹੁਲ ਗਾਂਧੀ ਨੂੰ, ਕਿ ਜਿਹੜੀਆਂ ਵੀ ਆਏ ਵਾਏ ਸੀ ਵਿੱਚ ਬਹਿ ਕੇ ਹਰ ਸਟੇਟ ਚ ਇਲੈਕਸ਼ਨ ਹੋਣੀ, ਚਾਹੇ ਉਹ ਗੋਆ ਚਾਹੇ ਰਾਜਸਥਾਨ ਜਾਂ ਹਰ ਜਗ੍ਹਾ, ਤੁਸੀਂ ਲੋਕ ਕਿਉਂ ਪਸੰਦ ਹੋ ਉਹਨਾਂ ਨੂੰ? ਕਿਉਂਕਿ ਤੁਸੀਂ ਯੂਥ ਕਾਂਗਰਸ ਦੇ ਨਾਂ ਤੇ 5 ਤੋਂ 7-10 ਸੀਟਾਂ ਜਿਹੜੀਆਂ ਹਰ ਸਟੇਟ ਚ ਕੱਢ ਲੈਣੀਆਂ, ਜਿਹਦਾ ਤੁਸੀਂ ਸੌਦਾ ਕਰਨਾ, ਤੇ ਸੌਦਾ ਕਰਕੇ ਰਾਹੁਲ ਗਾਂਧੀ ਤੋਂ ਉਹ ਸੀਟਾਂ ਦਵਾਉਣੀਆਂ। ਰਾਹੁਲ ਗਾਂਧੀ ਨੂੰ ਤਾਂ ਚੰਗੇ ਲੱਗੇ ਆ, ਤਾਂ ਹੀ ਤੁਹਾਨੂੰ ਪ੍ਰਮੋਟ ਕਰ ਰਿਹਾ ਉਹ ਇਲੈਕਸ਼ਨਾਂ। ਤੁਹਾਨੂੰ ਮੈਂ ਦੱਸਦਾ ਵੀ ਬਿਲਕੁਲ ਤੁਸੀਂ ਐਨ, ਤੁਹਾਨੂੰ ਯੂਥ ਕਾਂਗਰਸ ਜਿਹੜੀ ਪਹਿਲੀ ਇਲੈਕਸ਼ਨ ਜਦੋਂ ਤੁਸੀਂ ਕਿਹਾ ਵੀ ਇਹ ਨਵਾਂ ਬੱਚਾ ਸੀ, ਉਦੋਂ ਤੁਹਾਨੂੰ ਘਸਾਇਆ, ਚੰਗੀ ਤਰ੍ਹਾਂ ਤੁਹਾਨੂੰ ਹਰਾਇਆ, ਜਦੋਂ ਸਿੱਧੀ ਲੜਾਈ ਸੀ 1-to-1 ਪਾਰਟੀ ਦੀ ਨੀ। ਉਦੋਂ ਬਾਅਦ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਕੋਈ ਭਗਵੰਤ ਮਾਨ ਤੇ ਸੁਖਬੀਰ ਬਾਦਲ ਨਾਲ ਉਲਟ ਲੜ ਨਹੀਂ ਜਾਂਦੇ ਸੀ ਇਲੈਕਸ਼ਨ, ਉਹ ਮੈਂ ਜਲਾਲਾਬਾਦ ਲੜਨ ਗਿਆ। ਤੁਸੀਂ ਮੈਨੂੰ ਕੀ ਕਹੋਗੇ ਮੇਰੀ, ਚਾਹੇ ਮੈਂ ਛੋਟੀ ਏਜ ਚ 3 ਇਲੈਕਸ਼ਨਾਂ ਮੈਂ ਲਗਾਤਾਰ, ਜਦੋਂ ਰਾਹੁਲ ਗਾਂਧੀ ਵੀ ਹਾਰਿਆ ਮੈਂ ਤਾਂ ਵੀ ਜਿੱਤ ਕੇ ਗਿਆ। ਹੁਣ ਆ ਜਾਓ ਅਖੀਰਲੀ ਗੱਲ, ਮੈਂ ਕਿਉਂ ਕਿਹਾ, ਇਹ ਤਾਂ ਚਲੋ ਤੁਹਾਡੀਆਂ ਪੰਜਾਬ ਵਾਲਿਆਂ ਦੀ, ਤੁਹਾਨੂੰ ਵੀ ਮੈਂ ਕਿਹਾ ਕਿਤੇ ਲੋਕਾਂ ਨੂੰ ਦੁਬਾਰਾ ਦੱਸਾਂ ਸਹੀ ਨਾ ਵੀ ਕਿੰਨੇ ਕੁ ਯੋਗ ਹੋ ਤੁਸੀਂ, ਤੁਹਾਨੂੰ ਕਿਉਂਕਿ ਤੁਸੀਂ ਮੇਰੇ, ਮੈਂ ਪਹਿਲਾਂ ਨਹੀਂ ਕਦੇ ਬੋਲਦਾ, ਮੈਂ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ। ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਤੇ ਮੈਂ ਸਪਸ਼ਟ ਦੱਸਣਾ ਚਾਹੁੰਦਾ ਵੀ ਕਿੰਨੇ ਪਾਣੀ ਚ ਨੇ ਤੇ ਕਿਵੇਂ ਇਹਨਾਂ ਨੂੰ ਲਿਆ ਕੇ ਬਿਠਾਇਆ ਹੋਇਆ ਪਾਰਟੀ ਨੇ। ਇਹ ਹਰਾਏ ਹੋਏ ਪਹਿਲੇ ਦਿਨ ਤਾਂ ਦੇ 2 ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ, ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾ ਤੀ। ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋ ਗਏ ਤੇ ਇਲੈਕਸ਼ਨ 2 ਮਹੀਨੇ ਲੇਟ ਕਰਤੀ, ਉਹ ਇਲੈਕਸ਼ਨ ਲੜ ਨਹੀਂ ਸਕੇ। ਇਹ ਬੜੇ ਖੁਸ਼ ਤਾੜੀਆਂ ਮਾਰਨ ਕਿਉਂਕਿ ਹਮੇਸ਼ਾ ਹੀ ਸ਼ੜਯੰਤਰ ਹੀ ਰਿਹਾ ਇਹ ਮਨਾਂ ਚ, ਤੇ ਜੀ ਇਹ ਇਲੈਕਸ਼ਨ ਇਹਨਾਂ ਨੇ ਕਰਵਾ ਦਿੱਤੀ ਵੀ ਹੁਣ ਗੁਰਕੀਰਤ ਸਿੰਘ ਤਾਂ ਉਹ ਮਜ਼ਬੂਤ ਸੀ, ਉਹ ਹੁਣ ਉਮਰ ਨਹਿੰਗੀ ਇਲੈਕਸ਼ਨ ਨਹੀਂ ਲੜ ਸਕਣਗੇ। ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਮੈਂ ਵੀ ਮੈਂਬਰ ਹਾਂ ਯੂਥ ਕਾਂਗਰਸ ਦਾ ਬਣਿਆ ਹੋਇਆ। ਜਦੋਂ ਇਲੈਕਸ਼ਨ ਆ ਗਈ, ਇਲੈਕਸ਼ਨ ਸ਼ੁਰੂ ਹੋ ਗਈ ਮੈਂਬਰਸ਼ਿਪ, ਤੇ ਬਾਅਦ ਚ ਇਹਨਾਂ ਨੂੰ ਪਤਾ ਲੱਗਿਆ ਵੀ ਕਿਧਰ ਰਵਨੀਤ ਬਿੱਟੂ ਵੀ, ਕਿਉਂਕਿ ਅਸੀਂ ਵੀ ਪਰਿਵਾਰ ਚ ਸੋਚਿਆ ਵੀ ਇਲੈਕਸ਼ਨ ਨਹੀਂ ਛੱਡਣੀ, ਇਲੈਕਸ਼ਨ ਅਸੀਂ ਜਿੱਤਾਂਗੇ, ਇਲੈਕਸ਼ਨ ਸਾਨੂੰ ਮਾਣ ਸੀ ਆਪਣੇ ਤੇ। ਤੇ ਇਲੈਕਸ਼ਨ ਜਦੋਂ ਅਸੀਂ ਲੜਨ ਲੱਗ ਗਏ ਤੇ ਸ਼ੁਰੂ ਹੋਈ ਮੈਂਬਰਸ਼ਿਪ ਜੀ, ਇਹਨਾਂ ਨੂੰ ਫੇਰ ਹੱਥਾਂ ਪੈਰਾਂ ਦੀ ਪੈ ਗਈ ਏਜੰਟਾਂ ਨੂੰ, ਉੱਤੇ ਤੱਕ ਇਹਨਾਂ ਦੇ ਜਿਹੜੇ ਸਾਰੇ ਆਏ ਵਾਏ ਸੀ ਰਾਹੁਲ ਗਾਂਧੀ ਤੱਕ ਵੀ, ਕਰੀਏ ਕੀ ਹੁਣ। ਇਹਨਾਂ ਨੇ ਕੀ ਕੀਤਾ, ਇਲੈਕਸ਼ਨ ਪਹਿਲਾਂ ਜਦੋਂ ਮੇਰਾ ਹਜੇ ਪਤਾ ਨਹੀਂ ਸੀ ਲੁਧਿਆਣੇ ਇਲੈਕਸ਼ਨ ਰੱਖੀ ਵੀ ਸਭ ਤੋਂ ਸੈਂਟਰ ਲੁਧਿਆਣਾ ਪੈਂਦਾ ਪੰਜਾਬ ਚ, ਇਹੀ ਰਾਜਾ ਬੜਿੰਗ ਨੇ ਕਰਕੇ ਚਿੱਠੀਆਂ ਲਿਖ ਕੇ ਵੀ ਲੁਧਿਆਣਾ ਤਾਂ ਇਹਦਾ ਜ਼ਿਲ੍ਹਾ ਜੀ, ਜੇ ਉਰੇ ਲੁਧਿਆਣੇ ਇਲੈਕਸ਼ਨ ਹੋ ਗਈ ਤਾਂ ਜੀ ਇਹ ਤਾਂ ਸਾਰੇ ਉਰੇ ਫਿਰ ਜਿੱਤ ਜੂ। ਫਿਰ ਜੀ ਉਹ ਜਲੰਧਰ ਕਰਤੀ, ਕਹਿੰਦੇ ਨਹੀਂ ਨਹੀਂ ਜਲੰਧਰ ਵੀ ਹਜੇ ਲੁਧਿਆਣੇ ਦੇ ਨੇੜੇ ਆ ਜੀ, ਉਰੇ ਜਲੰਧਰ ਵੀ ਅਸੀਂ ਤਾਂ ਇਲੈਕਸ਼ਨ ਲੜੀ ਆ, ਸਰਦਾਰ ਬੇਅੰਤ ਸਿੰਘ ਜੀ ਉੱਥੋਂ, ਅਸੀਂ ਵਿਧਾਨ ਸਭਾ ਤੇਜ ਪ੍ਰਕਾਸ਼ ਜੀ ਉੱਥੋਂ, ਇਹਨਾਂ ਨੇ ਕਿਹਾ ਜੀ ਇੱਥੋਂ ਵੀ ਇਹ ਤਾਂ ਇਲੈਕਸ਼ਨ ਲੜੇ ਆ, ਇੱਥੇ ਵੀ ਇਹਨਾਂ ਦੇ ਆ। ਇਹ ਕਹਿੰਦੇ ਜੀ ਬਾਰਡਰ ਤੇ ਲੈ ਜਾਓ ਸ਼੍ਰੀ ਅੰਮ੍ਰਿਤਸਰ ਸਾਹਿਬ, ਰਾਤੋਂ ਰਾਤ ਕਿੰਨਾ ਲੋਕਾਂ ਨੂੰ ਡੈਲੀਗੇਟ ਸੀ, ਤਕਰੀਬਨ 2300 ਮੈਨੂੰ ਲੱਗਦਾ ਉਸ ਵੇਲੇ ਡੈਲੀਗੇਟ ਸੀ ਸਾਰੇ ਪੰਜਾਬ ਦੇ ਵਿੱਚ, ਤੇ ਉਹ ਹਰੇਕ ਬਲਾਕ ਚ, ਹਰ ਬਲਾਕ ਜਿਵੇਂ ਆਪਣੇ ਕਾਂਗਰਸ ਪਾਰਟੀ ਦੇ 2-2 ਬਲਾਕ ਨੇ ਅੱਗੇ ਹੁੰਦੇ ਸੀ, ਹੁਣ ਸਿਸਟਮ ਕਈ ਚੇਂਜ ਵੀ ਹੋ ਗਏ, 2 ਬਲਾਕ ਚ 14-14 ਜਿਹੜੇ ਉਹ ਡੈਲੀਗੇਟ ਜਿਹੜੇ ਬਣੇ ਸੀ, ਤਕਰੀਬਨ 2300-2400 ਉਹ ਡੈਲੀਗੇਟ ਸੀ ਸਾਰੇ ਪੰਜਾਬ ਦਾ ਜਿਹਨੇ ਵੋਟ ਪਾਉਣ ਆਉਣਾ ਸੀ। ਅੱਜ ਮੈਂ ਆਪਣੀ ਉਹ ਮੈਂ ਖਬਰ ਕੱਢ ਰਿਹਾ ਸੀ ਜਦੋਂ ਇਹ ਮੈਂ ਮੇਰੀ ਜਿੱਤ ਉੱਥੇ, ਚਲੋ ਉਹ ਤੇ ਮੈਂ ਪਹਿਲਾਂ ਆ ਜਾ ਵੀ ਉਹ ਮੈਨੂੰ 929 ਵੋਟਾਂ ਪਈਆਂ ਸੀ, ਇਹਨਾਂ ਨੂੰ ਕੁਛ 400 ਕੁਛ ਪਈਆਂ ਸੀ ਉਦੋਂ ਵੋਟਾਂ, ਤੇ ਚਲੋ ਉਹ ਤੇ ਮੈਂ ਬਾਅਦ ਚ ਆਉਣਾ। ਜਦੋਂ ਇਲੈਕਸ਼ਨ ਅੰਮ੍ਰਿਤਸਰ ਸਾਹਿਬ ਰੱਖ ਲਈ ਤੇ ਰਾਹੁਲ ਗਾਂਧੀ ਤਾਂ ਪੂਰੀ ਤਿਆਰੀ ਚ ਪਾਈ, ਰਾਹੁਲ ਗਾਂਧੀ ਆਪ ਆ ਗਏ ਉੱਥੇ ਇਲੈਕਸ਼ਨ ਕਰਾਉਣ ਵੀ ਆਈ ਵਾਈ ਸੀ ਵਾਲਿਆਂ ਚ ਕੋਈ ਨਾ ਕੋਈ ਜਿੱਤੂਗਾ, ਇਹਨਾਂ ਦੀ ਸਾਰੀਆਂ ਟੀਮਾਂ ਆਈ ਵਾਈ ਸੀ ਦੀਆਂ ਜਿਹੜੀਆਂ ਵੋਟਾਂ ਬੈਲਟ ਚ ਪਵਾਉਣੀਆਂ ਸੀ ਉਹਦੇ ਉੱਤੇ ਲੱਗੇ ਹੋਏ,
ਵੀ ਕਿਵੇਂ ਇਹਨੂੰ ਰੋਕੀਏ ਤਾਂ ਵੋਟਾਂ ਸਾਰੇ ਹੀ ਉਧਰ ਨੂੰ ਪਾਉਣ ਲੱਗ ਗਏ। ਮੈਂ ਤਾਂ ਜੇ ਬਿਲਕੁਲ ਨਵਾਂ ਸੀ, ਮੈਨੂੰ ਤਾਂ ਨਾ ਹਜੇ ਭਾਸ਼ਣ ਦਾ ਪਤਾ ਸੀ, ਮੈਂ ਪਤਾ ਹਾਂ ਪਹਿਲਾਂ ਹਾਂ ਸਰ ਜਦੋਂ ਮੈਂ ਆ ਗਿਆ ਮੇਰੇ ਕੋਲ 15 ਦਿਨ ਸੀ ਕੰਪੇਨ ਦੇ। ਮੈਂ ਇਕੱਲੇ ਇਕੱਲੇ ਜ਼ਿਲ੍ਹੇ ਚ ਇੱਕ ਗੱਡੀ ਚੱਕੀ, ਇਕੱਲੇ ਇਕੱਲੇ ਡੈਲੀਗੇਟ ਨੂੰ ਜਾ ਕੇ ਮਿਲਿਆ, ਇਕੱਲੇ ਇਕੱਲੇ ਡੈਲੀਗੇਟ ਨਾਲ ਗੱਲ ਕੀਤੀ ਵੀ ਭਾਈ, ਤੇ ਉਹਨਾਂ ਨੂੰ ਮੇਰੇ ਵਿਚਾਰ ਚੰਗੇ ਲੱਗੇ, ਮੈਨੂੰ ਉਹਨਾਂ ਨਾਲ ਉਹਨਾਂ ਦਾ ਮੇਰੇ ਨਾਲ ਰਿਸ਼ਤਾ ਜੁੜ ਗਿਆ। ਜਿੱਦਣ ਜਦੋਂ ਗੱਲ ਖਤਮ ਹੋਈ, ਇਹ 23 ਦਸੰਬਰ ਨੂੰ ਇਹ ਵੋਟਾਂ ਜਿਹੜੀਆਂ 2008 ਨੂੰ ਇਹਦੇ ਅੰਮ੍ਰਿਤਸਰ ਸਾਹਿਬ ਚ 23 ਦਸੰਬਰ ਨੂੰ ਇਹ ਵੋਟਾਂ ਉੱਥੇ ਰਾਹੁਲ ਗਾਂਧੀ ਦੇ ਮੌਜੂਦਗੀ ਚ ਵੋਟਾਂ ਪਈਆਂ। ਇਹ ਨਹੀਂ ਕਹਿ ਸਕਦੇ ਵੀ ਅੱਗੇ ਪਿੱਛੇ, ਰਾਹੁਲ ਗਾਂਧੀ ਆਪ ਪੂਰਾ ਇਲੈਕਸ਼ਨ ਕਮਿਸ਼ਨ ਬਣਾ ਕੇ ਉੱਥੇ ਇਲੈਕਸ਼ਨਾਂ ਕਰਾਉਣ ਆਇਆ। ਤੇ ਚਲੋ ਜੀ ਜਦੋਂ ਵੋਟਾਂ ਪਈਆਂ ਤੇ ਇਹ ਪਹਿਲਾਂ ਹੀ ਆਪਣੀ ਤਿਆਰੀਆਂ ਸੀਗੇ ਵੀ ਭਾਈ ਅਸੀਂ ਤਾਂ ਆਏ ਬਾਈ ਸੀ ਹਾਲੇ ਜਿੱਤੇ ਪਏ ਹਾਂ, ਰਿਜ਼ਲਟ ਆ ਗਿਆ ਪੁੱਠਾ। ਹੁਣ ਸੁਣ ਲਿਓ ਬੜਿੰਗ ਸਾਹਿਬ ਜਾਂ ਹੋਰ ਕੋਈ, ਉਦੋਂ ਕੋਈ ਪਾਰਟੀ ਨਹੀਂ ਲੜ ਰਹੀ ਸੀ, ਨਾ ਕਾਂਗਰਸ ਨਾ ਬੀਜੇਪੀ, ਉਦੋਂ ਇੱਕ ਨੌਜਵਾਨ ਲੜ ਰਹੇ ਸੀ ਇਲੈਕਸ਼ਨ ਆਪਸ ਵਿੱਚ। ਤੁਸੀਂ ਉਦੋਂ ਮੇਰੇ ਨਾਲ ਇਲੈਕਸ਼ਨ ਲੜੀ ਤੇ ਮੈਂ ਪਹਿਲਾਂ ਹਜੇ ਮੇਰੇ ਕੋਲ ਕੋਈ ਅਹੁਦਾ ਨਹੀਂ ਸੀ, ਤੁਹਾਡੇ ਕੋਲ ਆਏ ਬਾਈ ਸੀ ਸਾਰੇ ਅਹੁਦੇ ਸੀਗੇ, ਉਹਦੇ ਬਾਵਜੂਦ ਤੁਹਾਨੂੰ ਉਸ ਵੇਲੇ ਸਭ ਨੂੰ ਮੈਂ ਰਗੜਿਆ। ਮੈਂ ਵੱਡੀ ਲੀਡ ਤੇ ਯੂਥ ਕਾਂਗਰਸ ਇਲੈਕਸ਼ਨ ਜਿਹੜੀ ਪਹਿਲੀ ਦੇਸ਼ ਦੀ ਇਲੈਕਸ਼ਨ ਯੂਥ ਕਾਂਗਰਸ ਜਿਹੜੀ ਰਾਹੁਲ ਗਾਂਧੀ ਨੇ ਆਪ ਅੰਮ੍ਰਿਤ ਸ੍ਰੀ ਅੰਮ੍ਰਿਤਸਰ ਸਾਹਿਬ ਕਰਾਈ, ਤੇ ਤੁਸੀਂ ਸਾਰਿਆਂ ਨੂੰ ਮੈਂ ਤੁਹਾਨੂੰ ਉਦੋਂ ਐਨ ਚੰਗੀ ਤਰ੍ਹਾਂ ਤੁਹਾਨੂੰ ਪੂੰਝਿਆ, ਆਪ ਨੀ ਪੰਜਾਬ ਦੇ ਨੌਜਵਾਨਾਂ ਨਾਲ, ਤੁਹਾਨੂੰ ਯਾਦ ਹੋਣਾ ਉਹ ਦਿਨ ਜਦੋਂ ਤੁਸੀਂ ਇਲੈਕਸ਼ਨ ਤੇ ਰਾਹੁਲ ਗਾਂਧੀ ਤੇ ਉੱਥੋਂ ਇਹਨਾਂ ਦੇ ਜਿਹੜੇ ਉਸ ਵੇਲੇ ਤੰਵਰ ਪ੍ਰਧਾਨ ਜੀ, ਜਦੋਂ ਇਹਨਾਂ ਨੇ ਦੇਖਿਆ ਵੀ ਸਾਡਾ ਤਾਂ ਕੰਮ ਹੋ ਗਿਆ, ਉੱਥੋਂ ਆਪਣਾ ਨਿਕਲ ਗਏ ਖਿਸਕ ਕੇ। ਰਾਹੁਲ ਯਾਦ ਕਰੋ ਤੁਹਾਨੂੰ ਮੂਹਰੇ ਯੂਥ ਕਾਂਗਰਸ ਦੀ ਇਲੈਕਸ਼ਨ, ਜੇ ਤੁਸੀਂ ਜਿੱਤ ਹਾਰ ਦੀ ਗੱਲ ਕਰਦੇ ਹੋ ਨਾ, ਪਹਿਲੀ ਇਲੈਕਸ਼ਨ ਜਿਹੜੀ ਕੱਲਮ ਕੱਲੇ ਲੜੀ ਸੀ ਸਿੱਧੀ ਬਗੈਰ ਪਾਰਟੀ ਤੋਂ, ਉਦੋਂ ਤੁਹਾਨੂੰ ਉਹ ਯਾਦ ਤੁਹਾਨੂੰ ਆ ਗਈ ਹੋਣੀ ਆ ਉਹ ਹਾਰ ਚੰਗੀ ਤਰ੍ਹਾਂ, ਪਰ ਤੁਸੀਂ ਇਹਨਾਂ ਦੇ ਕਰਿੰਦੇ ਸੀ, ਤੁਸੀਂ ਇਹਨਾਂ ਦੇ ਏਜੰਟ ਸੀ। ਇਲੈਕਸ਼ਨ ਹਾਰੇ ਹੋਏ ਨੂੰ ਮੈਂ ਪ੍ਰਧਾਨ ਬਣਿਆ ਪੰਜਾਬ ਦਾ ਪਹਿਲਾ ਇਲੈਕਟਿਡ, ਤੁਹਾਨੂੰ ਆਏ ਵਾਈ ਸੀ ਚ ਫਿਰ ਜਨਰਲ ਸੈਕਟਰੀ ਲੈ ਗਏ, ਇਹ ਕਿੰਨੀ ਕਿੱਡੀ ਕ ਇਹ ਪਾਰਟੀ ਚ ਗੱਲ ਆ। ਚਲੋ ਫਿਰ ਤੁਸੀਂ ਕਿਹਾ ਟਿਕਟ ਲੈਣ ਦੀ ਗੱਲ, ਯੂਥ ਕਾਂਗਰਸ ਇਹ ਸੀ ਜਦੋਂ ਮੈਂ ਕੱਲਾ ਪ੍ਰਧਾਨ ਇਲੈਕਸ਼ਨ ਜਿੱਤਿਆ ਦੇਸ਼ ਦੇ ਵਿੱਚ ਕੱਲਾ, ਰਾਹੁਲ ਗਾਂਧੀ ਐਂਡ ਕੰਪਨੀ ਮੈਨੂੰ ਤਾਂ ਬ੍ਰਾਂਡ ਬਣਾ ਕੇ ਸਾਰੇ ਇਲੈਕਸ਼ਨਾਂ ਚ ਵੇਚ ਰਹੇ ਸੀਗੇ ਵੀ ਆਹ ਦੇਖੋ ਜੀ ਇਲੈਕਸ਼ਨ ਹੋਈ ਆ, ਬਾਕੀ ਪਾਰਟੀਆਂ ਚ ਹੁੰਦੇ ਨੀ, ਅਸੀਂ ਐ ਪ੍ਰਧਾਨ ਬਣਾ ਕੇ ਪੰਜਾਬ ਚੋਂ ਲੈ ਕੇ ਆਏ ਆ। ਹਰ ਜਗ੍ਹਾ ਰਾਹੁਲ ਗਾਂਧੀ ਮੈਨੂੰ ਨਾਲ ਲੈ ਕੇ ਜਾਂਦਾ ਸੀ, ਤੇ ਤੁਸੀਂ ਉਦੋਂ ਮੂੰਹ ਨੀ ਦਿਖਾਉਣ ਜੋਗੇ ਸੀਗੇ ਵੀ ਕਿਸ ਤਰੀਕੇ ਨਾਲ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੁਸੀਂ ਇੱਕ ਪੁਰਾਣੇ ਘਾਗ ਆਪਣੇ ਆਪ ਨੂੰ ਆਏ ਵਾਈ ਸੀ ਚ ਕਰਾਉਂਦੇ ਸੀ, ਤੁਸੀਂ ਆਮ ਮੰਨਿਆ ਨਾ ਵੀ ਇਹ ਤਾਂ ਨਵਾਂ ਸੀ, ਨਵੇਂ ਮੁੰਡੇ ਨੇ ਤੁਹਾਨੂੰ ਉਸ ਵੇਲੇ ਸਭ ਨੂੰ ਠੋਕਿਆ। ਪਹਿਲੀ ਇਲੈਕਸ਼ਨ ਪਹਿਲੀ ਚ ਤੁਹਾਨੂੰ ਮੈਂ ਹਰਾਇਆ, ਜੇ ਤੁਸੀਂ ਹੈਰਾਨ ਜਿੱਤ ਦੀ ਗੱਲ ਕਰੋ। ਚਲੋ ਉਦੋਂ ਬਾਅਦ ਜਦੋਂ ਇਲੈਕਸ਼ਨਾਂ ਹੋਣ ਲੱਗੀਆਂ ਉਤਲੀਆਂ, ਕਿਉਂਕਿ ਸਟੇਟਾਂ ਤੋਂ ਬਾਅਦ ਹੋਣੀ ਸੀ ਆਈ ਵਾਈ ਸੀ ਪ੍ਰਧਾਨ ਦੀ, ਅੱਜ ਤੱਕ ਨਹੀਂ ਹੋਈ, ਅੱਜ ਤੱਕ ਨੋਮੀਨੇਟ ਕਰਦੇ ਆ, ਉਦੋਂ ਵੀ ਪਤਾ ਸੀ ਆਈ ਵਾਈ ਸੀ। ਇੱਕ ਗੱਲ ਨੂੰ ਸਮਝੋ, ਜਿਹੜਾ ਸਿੱਖਾਂ ਦੀ ਗੱਲ ਕਰਦੇ ਹੋ ਤੁਸੀਂ ਸਿੱਖ ਹੋ, ਮੈਨੂੰ ਤਾਂ ਇਹ ਨਹੀਂ, ਮੈਨੂੰ ਸ਼ਰਮ ਆਉਂਦੀ ਹੈ। ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਗਮਰਾਹ ਕਰਕੇ ਤੁਸੀਂ ਉਹਨਾਂ ਨੂੰ ਉਰੇ ਲਿਆਂਦਾ, ਉਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ, ਇਹ ਕਿਹਦਾ ਕੰਮ ਸੀ, ਗਾਂਧੀ ਪਰਿਵਾਰ ਦਾ ਨਹੀਂ ਗਾ, ਇੰਦਰਾ ਗਾਂਧੀ, ਰਾਜੀਵ ਗਾਂਧੀ, ਇਹ ਸੋਨੀਆ ਗਾਂਧੀ, ਕਿਹਦਾ ਕੰਮ ਆ ਜੀ। ਤੁਸੀਂ ਉਹ ਸਿੱਖਾਂ ਨੂੰ, ਉਹ ਮੈਂ ਅੱਜ ਯਾਦ ਵੀ ਕਰਾਉਣਾ ਚਾਹੁੰਦਾ, ਭੁੱਲ ਜਾਂਦੇ ਆ ਕਈ ਵਾਰ,
ਇਹ ਕੱਲੇ ਕੱਲੇ ਨੂੰ ਜਿਹਨੂੰ ਕਹਿੰਦੇ ਕੋ ਕੋ ਕੇ ਸਿੱਖਾਂ ਨੂੰ 80 ਤੋਂ ਪਹਿਲਾਂ ਦੇ ਮਗਰ ਪਏ ਹੋਏ ਆ ਸਾਰਾ ਪੰਜਾਬ ਦਾ। ਕਿਹਨੇ ਕਿਹਨੇ ਪੰਜਾਬ ਨੂੰ ਬਰਬਾਦ ਕੀਤਾ, ਕਿਹਨੇ ਪੰਜਾਬ ਨੂੰ ਵੰਡਿਆ, ਕਿਹਨੇ ਪੰਜਾਬਾਂ ਦੇ ਪਾਣੀ ਨੂੰ ਵੰਡਿਆ, ਕਿਹਨੇ ਅੱਜ ਤੱਕ ਰਾਜਧਾਨੀ ਨਹੀਂ ਲੈਣ ਦਿੱਤੀ? ਜਵਾਬ ਹੈ ਤੁਹਾਡੇ ਕੋਲ, ਅੱਜ ਤੱਕ ਚੰਡੀਗੜ੍ਹ ਕਿਉਂ ਨਹੀਂ ਗਿਆ ਸਾਡੇ ਕੋਲ? ਅਨੰਦਪੁਰ ਸਾਹਿਬ ਮਤਾ ਸੀ, ਕਿਹਨੇ ਵਾਅਦੇ ਕਰਕੇ? ਤੁਸੀਂ ਕੱਲੇ ਕੱਲੇ ਕਾਂਗਰਸੀ ਨੇ ਇਹ ਕੰਡੇ ਬੀਜੇ ਹੋਏ ਆ ਪੰਜਾਬ ਦੇ ਲਈ। ਫਿਰ ਉਦੋਂ ਬਾਅਦ ਤੁਸੀਂ ਗੁਰਦੁਆਰੇ ਚ ਤੁਸੀਂ ਰੱਜੇ ਨਹੀਂ, ਤੁਸੀਂ ਰੱਜੇ ਨਹੀਂ ਗੁਰਦੁਆਰੇ ਚ ਤੋਪਾਂ ਮਾਰ ਕੇ ਗੋਲੀਆਂ ਮਾਰ ਕੇ ਲੋਕ ਉੱਥੇ ਸ਼ਰਧਾ ਨਾਲ ਗਏ ਹੋਏ, ਖੂਨਾਂ ਨਾਲ ਤੁਸੀਂ ਬਹਾ ਤੇ ਜਿਹੜੀਆਂ ਪ੍ਰਕਰਮਾਂ ਤੇ ਖੂਨ ਖੂਨ ਉੱਥੇ ਲੋਥੜੇ ਪਏ ਸੀ ਲੋਕਾਂ ਦੇ, ਬੱਚਿਆਂ ਦੇ, ਮਾਵਾਂ ਦੇ, ਉਹ ਤੁਸੀਂ ਗੁਨਾਹਗਾਰ ਹੋ ਉਸ ਚੀਜ਼ ਦੇ। ਉਦੋਂ ਬਾਅਦ ਤੁਸੀਂ ਇਹ ਕਹੋ ਵੀ ਬੜਾ ਦਰਖਤ ਡਿੱਗਦਾ ਤੇ ਧਰਤੀ ਕੰਬਦੀ ਆ, ਚੁਣ ਚੁਣ ਤੁਸੀਂ ਸਿੱਖ ਮਰਵਾਏ, ਚੁਣ ਚੁਣ ਕੇ ਤੁਸੀਂ ਕਾਂਗਰਸੀਆਂ ਨੇ, ਅੱਜ ਤਾਂ ਹੁਣ ਸਾਬਤ ਹੀ ਹੋ ਗਿਆ, ਹੁਣ ਤਾਂ ਸੱਜਣ ਕੁਮਾਰ ਪਹਿਲਾਂ ਫਸਿਆ, ਟਾਈਟਲਰ ਹੁਣ ਹੋ ਗਿਆ, ਹੁਣ ਤਾਂ ਕੋਰਟ ਨੇ ਵੀ ਕਰਤਾ। ਤੁਸੀਂ ਕੱਲੇ ਕੱਲੇ ਸਿੱਖ ਦੀ, ਤੁਸੀਂ ਕਹਿੰਦੇ ਪੱਗ ਨੂੰ ਖਤਰਾ, ਤੁਸੀਂ ਕੱਲੇ ਕੱਲੇ ਸਿੱਖ ਦੀ ਪੱਗ ਲਾਈ, ਕੱਲੇ ਕੱਲੇ ਸਿੱਖ ਨੂੰ ਮੈਂ ਕਹਿੰਦਾ ਉਹਦੇ ਟਾਇਰ ਪਾ ਕੇ ਗਲ ਚ, ਤੁਸੀਂ ਕਾਂਗਰਸੀਆਂ ਨੇ। ਉਦੋਂ ਬਾਅਦ ਪੰਜਾਬ ਚ ਜਿਹੜੀ ਮੇਰੇ ਚਾਹੇ ਦਾਦਾ ਜੀ ਨੂੰ ਵੀ ਆਪਣੀ ਸ਼ਹਾਦਤ ਦੇਣੀ ਪਈ, ਉਹ ਕਾਰਨ ਕੀ ਸੀ ਪੰਜਾਬ ਚ ਅੱਤਵਾਦ ਆਉਣਾ? ਚਾਹੇ ਸਾਡੇ ਅੱਤਵਾਦ ਟੈਰਰਿਸਟ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਮਰੇ, ਚਾਹੇ ਸਾਡੇ ਪੰਜਾਬ ਪੁਲਿਸ ਵਾਲੇ ਮਰੇ, ਚਾਹੇ ਸਾਡੇ ਹਿੰਦੂ 35,000 ਭਰਾ ਮਰੇ, ਤੁਹਾਡੇ ਕਾਂਗਰਸ ਦੇ ਕੰਡੇ ਬੀਜੇ ਹੋਏ ਗਾਂਧੀ ਪਰਿਵਾਰ ਦੇ ਸਾਰੇ ਹਿੰਦੂਆਂ ਨੂੰ ਪਲਾਇਨ ਕਰਨਾ ਪਿਆ ਪੰਜਾਬ ਚੋਂ। ਉਹਨਾਂ ਨੂੰ ਪੁੱਛੋ ਜਿਹੜੇ ਉਸ ਵੇਲੇ ਪਲਾਇਨ ਕਰਕੇ ਬਾਕੀ ਸਟੇਟਾਂ ਚ ਗਏ, ਉਹਨਾਂ ਨੂੰ ਹਿੰਦੂਆਂ ਨੂੰ ਛੱਡਣਾ ਪਿਆ ਪੰਜਾਬ, ਤੇ ਬਾਕੀ ਸਾਰਾ ਦੇਸ਼ ਦੇ ਵਿੱਚੋਂ ਸਿੱਖਾਂ ਨੂੰ ਸਾਰੇ ਸ਼ਹਿਰ ਛੱਡਣੇ ਪਏ, ਸਭ ਕਾਰੋਬਾਰ ਛੱਡਣੇ ਪਏ। ਉਹ ਆ ਕੇ ਅੱਜ 84 ਵਾਲੇ ਦੰਗਿਆਂ ਵਾਲੇ ਪੰਜਾਬ ਚ ਬੈਠੇ। ਤੁਸੀਂ ਤਾਂ ਉਥਲ ਪੁਥਲ ਮਚਾਤਾ ਸਾਰਾ, ਤੇ ਜਿਹੜਾ ਪੰਜਾਬ ਚ ਵੀ 35,000 ਲੋਕ ਸ਼ਹੀਦ ਹੋਏ ਉਹ ਕਿਹਦੇ ਕਰਕੇ ਹੋਏ? ਕਿਉਂਕਿ ਗਾਂਧੀ ਫੈਮਿਲੀ ਨੇ ਇੱਕ ਐਸੀ ਅੱਗ ਲਾਈ ਜਿਹਦੇ ਕਰਕੇ, ਉਹ ਤਾਂ ਪੰਜਾਬ ਚ ਬੁਝਾਉਣ ਲਈ, ਉਹ ਅੱਗ ਬੁਝਾਉਣ ਲਈ 35,000 ਲੋਕ ਸ਼ਹੀਦ ਹੋ ਗਏ। ਤੁਸੀਂ ਗੱਲਾਂ ਕਰੋਗੇ, ਤੁਸੀਂ ਪੰਜਾਬ ਨੂੰ ਬਰਬਾਦ ਕਰਨ ਲਈ ਅੱਜ ਪੰਜਾਬ ਕਰਜ਼ੇ ਚ ਕਿਉਂ ਆ? ਅੱਜ ਪੰਜਾਬ ਮਜ਼ਾਕ ਉਡਾਉਂਦੇ ਆ ਸਾਰੇ ਵੀ ਅੱਜ ਪੰਜਾਬ ਨੂੰ ਕੀ ਹੋ ਗਿਆ, ਇਹ ਕੰਡੇ ਕਾਂਗਰਸ ਨੇ ਬੀਜੇ ਹੋਏ ਆ, ਇਹ ਕੰਡੇ ਤੁਹਾਡੇ ਬੀਜੇ ਹੋਏ ਆ, ਇਹ ਗਾਂਧੀ ਪਰਿਵਾਰ ਦੇ ਬੀਜੇ। ਜਿਹੜਾ ਰਾਹੁਲ ਗਾਂਧੀ ਨੂੰ ਤੁਸੀਂ ਕਹਿੰਦੇ ਹੋ ਨਾ ਮੈਂ ਕਿਉਂ ਕਿਹਾ, ਕਿਉਂ ਨਾ ਕਹੀਏ? ਕੱਲਾ ਕੱਲਾ ਪੰਜਾਬ ਅੱਜ ਬਰਬਾਦ, ਸਭ ਤੋਂ ਵਧੀਆ ਸੂਬਾ ਹੋਵੇ ਪੰਜਾਬ, ਤੁਸੀਂ 60 ਸਾਲ ਤੁਹਾਡਾ ਰਾਜ ਸੀ, ਤੁਸੀਂ ਪੰਜਾਬ ਸੈਂਟਰ ਚ ਬਹਿ ਕੇ ਪੰਜਾਬ ਨੂੰ ਤਬਾਹ ਕੀਤਾ, ਤੁਸੀਂ ਇੱਕ ਇੱਕ ਉਹਨੂੰ ਆਪਣੇ ਵੋਟ ਲੈਣ ਨੂੰ ਵੀ ਮਨੋਰਿਟੀ ਦੇ ਉੱਤੇ ਕਿਵੇਂ ਖੇਡ ਕੇ ਤੁਸੀਂ ਵੋਟ ਲਈ ਹੈ, ਤੁਸੀਂ ਉਹ ਵੋਟ ਲਈ ਹੈ, ਉਸ ਵਿੱਚ ਤੁਸੀਂ ਹਿੰਦੂਆਂ ਨੂੰ ਮਰਾਇਆ, ਹਿੰਦੂਆਂ ਦੇ ਪਰਿਵਾਰਾਂ ਨੂੰ ਮਰਾਇਆ, ਟੈਰਰਿਸਟ ਬਣਾ ਕੇ ਤੁਸੀਂ ਸਿੱਖਾਂ ਨੂੰ ਮਰਾਇਆ। ਇੱਧਰ ਸ਼ਾਂਤੀ ਕਰਨੀ ਪਈ ਪੰਜਾਬ ਦੇ, ਜਿਹੜੇ ਸਰਕਾਰ ਆਈ ਉਹਨੂੰ ਤੁਹਾਡੇ ਕੰਡੇ ਬੀਜੇ ਹੋਏ ਜਿਹ ਚ ਤੁਸੀਂ ਪੰਜਾਬ ਨੂੰ ਬਾਲਿਆ 84 ਤੇ ਉਦੋਂ ਬਾਅਦ ਬਲੂ ਸਟਾਰ ਤੇ ਉਦੋਂ ਬਾਅਦ ਇੰਦਰਾ ਗਾਂਧੀ ਦਾ ਤੇ ਜਦੋਂ ਅਸੈਸੀਨੇਸ਼ਨ ਹੋਇਆ ਉਦੋਂ ਬਾਅਦ ਸਾਰਾ ਸੇਕ ਤਾਂ ਪੰਜਾਬ ਨੂੰ ਲੱਗਿਆ ਭਾਈ ਸਾਹਿਬ, ਕਿੱਥੇ ਤੁਸੀਂ ਜਵਾਬ ਦੇ ਸਕਦੇ ਹੋ? ਕੋਈ ਗੱਲ ਨਹੀਂ, ਕੱਲੇ ਕੱਲੇ ਜਾ ਕੇ ਪਿੰਡ ਪਿੰਡ ਇਹ ਸਿੱਖਾਂ ਨੂੰ ਦੁਆਰਾ ਜਾ ਕੇ ਪੰਜਾਬੀਆਂ ਨੂੰ ਵੀ ਤੁਸੀਂ ਦੇਖੋ ਜੀ ਅੱਜ ਪੰਜਾਬ ਨਸ਼ੇ ਦੀ ਭੇਟ ਚੜੇ, ਅੱਜ ਪੰਜਾਬ ਕਰਜ਼ੇ ਚ, ਅੱਜ ਪੰਜਾਬ ਚ ਬੇਰੁਜ਼ਗਾਰੀ ਆ, ਇਹ ਗਾਂਧੀ ਫੈਮਿਲੀ ਹੈ, ਕਾਂਗਰਸ ਜੀ ਨੇ ਸਭ ਕੁਛ ਕੀਤਾ, ਇਹ ਤੁਸੀਂ ਹੋ ਸਭ। ਕੱਲੇ ਕੱਲੇ ਪਿੰਡ ਜਾ ਕੇ ਦੱਸਾਂਗੇ, ਕੱਲੇ ਕੱਲੇ ਸਿੱਖ ਨੂੰ, ਪੰਜਾਬੀ ਨੂੰ, ਹਿੰਦੂ ਨੂੰ ਗੁਰਦੁਆਰੇ ਜਾ ਦੱਸਾਂਗੇ। ਕਈ ਵਾਰ ਜਵਾਰਾ ਯਾਦ ਕਰਾਉਣੀਆਂ ਪੈਂਦੀਆਂ ਗੱਲਾਂ, ਤੁਸੀਂ ਰਾਜਭਾਗ ਕਰਨ ਲੋਗੇ ਸਾਰਿਆਂ ਦੇ, ਇਹ ਖੂਨ ਦੇ ਛਿੱਟੇ ਤੁਹਾਡੇ ਤੇ ਨੇ। ਹੋਰ ਜੇ ਬੋਲੋਗੇ ਹੋਰ ਦੱਸ ਦੂੰਗਾ ਸਾਰੀਆਂ ਤੁਹਾਡੀਆਂ ਕਰਤੂਤਾਂ ਕੀ ਨੇ, ਕੀ ਤੁਸੀਂ ਕਰਦੇ ਰਹੇ ਹੋ। ਅੱਜ ਵੀ ਮੈਂ ਕਹਿਣਾ ਰਾਹੁਲ ਗਾਂਧੀ ਨੇ ਬਿਲਕੁਲ ਦੁਬਾਰਾ
ਆਪਣੀ ਦਾਦੀ ਇੰਦਰਾ ਗਾਂਧੀ ਜੀ, ਆਪਣੇ ਫਾਦਰ ਰਾਜੀਵ ਗਾਂਧੀ ਵਾਲਾ ਕੰਮ ਦੁਬਾਰਾ ਸਿੱਖਾਂ ਨੂੰ ਜਿਵੇਂ ਵਰਤ ਕੇ ਸਿੱਖਾਂ ਨੂੰ ਸ਼ਹੀਦ ਕਰਵਾਇਆ, ਸ਼ਹੀਦ ਪੰਜਾਬ ਨੂੰ ਤਬਾਹ ਕੀਤਾ, ਦੁਬਾਰਾ ਉਹੀ ਚਿੰਗਾਰੀ ਰਾਹੁਲ ਗਾਂਧੀ ਨੇ ਅਮਰੀਕਾ ਚ ਸਿੱਖਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ। ਦੇਸ਼ ਦੇ ਵਿੱਚ ਡੀਸਟੈਬਲਾਈਜ਼ ਹੋ ਜਾਣ, ਸਿੱਖ ਬੇਚੈਨ ਹੋ ਜਾਣ, ਸਿੱਖਾਂ ਨੂੰ ਦੁਸ਼ਮਣ ਬਣਾ ਦਈਏ ਦੇਸ਼ ਦਾ, ਉਹ ਕੋਸ਼ਿਸ਼ ਰਾਹੁਲ ਗਾਂਧੀ ਨੇ ਕੀਤੀ।